ਆ ਵੇਖੋ ਕਿਵੇਂ ਨਿਹੰਗ ਸਿੰਘਾਂ ਨੇ ਕਾਬੂ ਕੀਤਾ ਚੋਰ। ਭੱਜ ਰਿਹਾ ਸੀ ਕੁੜੀ ਦਾ ਫੋਨ ਚੋਰੀ ਕਰਕੇ। ਤਾਂ ਦੱਸਦੇ ਕਿ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਇਹ ਕਾਰਨਾਮਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਹਨਾਂ ਨੇ ਸੜਕ ਤੇ ਜਾਂਦੀ ਇੱਕ ਲੜਕੀ ਤੋਂ ਮੋਬਾਈਲ ਫੋਨ ਖੋਲਿਆ ਤੇ ਇਸ ਹਰਕਤ ਨੂੰ ਸਾਹਮਣੇ ਤੋਂ ਨਿਹੰਗ ਸਿੰਘ ਦੇਖ ਰਹੇ ਸੀ। ਤਾਂ ਜਿਵੇਂ ਇਹ ਫੋਨ ਖੋ ਕੇ ਭੱਜਦੇ ਨੇ ਤਾਂ ਇਹਨਾਂ ਨਿਹੰਗ ਸਿੰਘਾਂ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਕਰੀਬ 2 ਕਿਲੋਮੀਟਰ ਦੂਰ ਜਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਪਰ ਇਹਨਾਂ ਦੇ ਵਿੱਚੋਂ ਇੱਕ ਚੋਰ ਹੁੰਦਾ, ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਜਦਕਿ ਦੂਸਰੇ ਨੂੰ ਇਹਨਾਂ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ। ਜਿਸ ਤੇ ਨਿਹੰਗ ਸਿੰਘ ਨਾਲ ਇਹਨਾਂ ਦੀ ਬਹਿਸਬਾਜ਼ੀ ਹੋਈ ਸੀ ਚੋਰ ਦੀ, ਤਾਂ ਝੜਪ ਹੋ ਜਾਂਦੀ ਹੈ। ਜਿਸ ਤੋਂ ਬਾਅਦ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਇਸ ਨੂੰ ਕਾਬੂ ਕਰ ਲੈਂਦੀ ਹੈ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਜਾਂਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਨੂੰ ਭੱਜਦੇ ਹੋਏ ਮੋਟਰਸਾਈਕਲ ਤੋਂ ਡਿੱਗ ਗਿਆ ਸੀ, ਜਿਸ ਦੇ ਚੱਲਦੇ ਉਸਦੇ ਸੱਟਾਂ ਲੱਗ ਗਈਆਂ ਸੀ ਤੇ ਸਾਰੇ ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਤੋਂ ਦੋ ਚੋਰ ਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਨੂੰ ਨਿਹੰਗ ਸਿੰਘਾਂ ਦੇ ਵੱਲੋਂ ਦੇਖ ਲਿਆ ਜਾਂਦਾ, ਜਿਸ ਤੋਂ ਬਾਅਦ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਕਰੀਬ 2 ਕਿਲੋਮੀਟਰ ਦੂਰ ਜਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ। ਪਰ ਮੋਟਰਸਾਈਕਲ ਤੋਂ ਡਿੱਗ ਜਾਂਦੇ ਆ, ਜਿਸ ਕਾਰਨ ਇਹਨਾਂ ਦੇ ਸੱਟਾਂ ਵੀ ਲੱਗਦੀਆਂ ਨੇ। ਤਾਂ ਇੱਕ ਨੌਜਵਾਨ ਜਿਹੜਾ ਮੌਕੇ ਤੋਂ ਕਾਬੂ ਕੀਤਾ ਗਿਆ ਸੀ ਉਸ ਨੂੰ ਪੁਲਿਸ ਦੇ ਵੱਲੋਂ ਪਹਿਲਾਂ ਇਲਾਜ ਦੇ ਲਈ ਹਸਪਤਾਲ ਲਿਜਾਂਦਾ ਗਿਆ ਤੇ ਬਾਅਦ ਦੇ ਵਿੱਚ ਹੁਣ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਿੱਦਾਂ ਬੰਦਾ ਨਾ ਫੋਨ ਖੋਣ ਦਿਆ, ਖੋਲਿਆ ਇਹਨੇ ਕੁੜੀ ਦਾ ਮਾਰ ਕੇ ਉਹਦੇ ਕਿਹੜੀ ਜਗ੍ਹਾ ਖੋਇਆ? ਇਹ ਬਿੰਦੂਪੁਰ ਤੋਂ ਲਾਗੇ, ਬਿਰਿੰਦਪੁਰ, ਬਿਰਿੰਦਪੁਰ ਦੇ ਲਾਗੇ ਖੋਇਆ ਵਾ। ਇੰਡੀਅਨ ਪੰਪ ਦੇ ਬਾਹਰ ਜਿਹੜਾ ਨਾ ਮਗਰ ਲੱਗੇ ਅਤੇ ਫੋਨ ਖੋਲਿਆ ਰਿਹਾ ਬੰਦਾ, ਜਿਹੜਾ ਡਿੱਗਾ ਡਿੱਗਾ ਇਹਦੇ ਖਾਤੇ ਦੇ ਆ ਗਏ ਲੱਗੀ ਅਤੇ ਅੱਗੇ ਸਾਹਮਣੇ ਉਹਨਾਂ ਬੜਕ ਮਾਰ ਕੇ ਲੰਘ ਗਿਆ। ਕਾਬੂ ਕਰ ਲਿਆ ਤੇ ਹੁਣ ਪੁਲਿਸ ਦਿੱਤਾ ਕਾਬੂ ਕਰਕੇ? ਅੱਛਾ ਜੀ, ਮੌਕੇ ਤੇ ਆ ਕੇ ਉਹਨਾਂ ਨੂੰ ਫੜ ਲਿਆ ਤੇ ਉਹਦੇ ਸੱਟਾਂ ਸੁੱਟਾਂ ਲੱਗੀਆਂ। ਇਸ ਤਰ੍ਹਾਂ ਹੀ ਸਾਨੂੰ ਨਾ ਇਨਫੋਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸ਼ੇਖੂਪੁਰ ਜਿਹੜਾ ਹੈਗਾ ਨਾ ਮਾਤਾ ਭੱਦਰਕਾਲੀ ਦੇ ਮੰਦਿਰ ਦੇ ਸਾਹਮਣੇ ਵੀ ਨਿਹੰਗ ਸਿੰਘਾਂ ਨੇ, ਮਤਲਬ ਜਿਹੜੇ ਹੈਗੇ ਨਾ ਕੁਛ ਨਿਹੰਗ ਸਿੰਘ ਸੀਗੇ, ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਫੜਿਆ ਅਤੇ ਜਾਂ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ। ਜਦੋਂ ਐਪ ਦੀ ਸਪੋਟ ਅਸੀਂ ਮੌਕੇ 'ਤੇ ਗਏ ਹਾਂ ਅਤੇ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਨਾ ਦੋ ਮੁੰਡਿਆਂ ਨੂੰ ਫੋਨ ਖੋਇਆ ਸੀਗਾ ਅਤੇ ਉਹ ਨਿਹੰਗ ਸਿੰਘਾਂ ਨੇ ਪਿੱਛੇ ਉਹਦਾ ਪਿੱਛਾ ਕਰਕੇ ਅਤੇ ਉਹਦਾ ਫੋਨ ਉਹਨੂੰ ਦਵਾ ਦਿੱਤਾ ਅਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਅੱਗੇ ਅੱਗੇ ਦੌੜ ਰਹੇ ਅਤੇ ਉਹਨਾਂ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਉਹਨਾਂ ਨੂੰ ਸਲਿੱਪ ਕਰ ਗਿਆ ਅਤੇ ਜਿਹੜਾ ਪਹਿਲੇ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਲਰੇਡੀ ਪਹਿਲਾਂ ਹੀ ਉੱਥੋਂ ਉੱਤਰ ਕੇ ਦੌੜ ਗਿਆ ਅਤੇ ਇੱਕ ਜਿਹੜਾ ਮੁੰਡਾ ਆਪਣੇ ਫੜਿਆ ਉਹ ਕੀ ਨਾਮ ਜੀ ਜਿਹੜਾ ਫੜਿਆ? ਸਾਲੂ ਦੱਸ ਰਿਹਾ ਆਪਣੇ ਆਪ ਨੂੰ, ਸਾਲੂ ਬਰਿਆਮ ਪਿੰਡ ਦਾ ਅਤੇ ਬਾਕੀ ਆਪਾਂ ਉਹਦੀ ਤਫਤੀਸ਼ ਚੱਲ ਰਹੀ ਆ, ਬਾਕੀ ਉਹਦੇ ਜੋ ਵੀ ਬਿਆਨ ਲੈ ਕੇ ਅਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ। ਅਤੇ ਫਿਲਹਾਲ ਇਹ ਬਹੁਤ ਜ਼ਿਆਦਾ ਸਪੀਡ 'ਤੇ ਸੀ, ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕਾਫੀ ਸੱਟਾਂ ਲੱਗੀਆਂ। ਜਦੋਂ ਹੋਸ਼ 'ਚ ਆਏਗਾ ਅਤੇ ਆਪਾਂ ਜਿਹੜੀ ਅਗਲੀ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ। ਠੀਕ।